जल बिना ता जीवन नाही जाने कुल लुकाई जल दा सब सत्कार करो एहो बेनती पाई अन्न दा दाना ताही उंगरे अन्न दा दाना ताही उंगरे जे मिलदा है जल आजो कदे बुलाइए ना जल है ता कल कर कर कल कर कर जल जीवन दा मिशन बना के लभ्या इस दा हल जल विभाग दे उद्दम सदका मार लेनी है मल कर कर नल कर कर जल 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 जल सप्लाई ते सैनिटेशन विभाग पंजाब दा हफ्तावारी प्रोग्राम जल है ता कल है लैके मैं बालमकंद शर्मा मैं हर्ष गोयल तुहाडी सेवा विच हाजिर हाँ। ते प्यारे दर्शको जो असी तुहाडे नाल गल्लां करनियां ओ हर इंसान दी जिंदगी च बहुत अहम आ पर खास तौर ते जिहड़े साडे अधिकारी कर्मचारी आ उहनां जिंदगी च बहुत अहम रोल आ कि आपां अपने आप नूं ट्रेनिंग किवें लईए जां अपनी आपां समर्था दे निर्माण ओह किवें करिए। बिल्कुल ट्रेनिंग दा किसे भी इंपलॉई दे कार्यकाल च बहुत महत्वपूर्ण योगदान हैगा जेकर असी अपने सिस्टम विच आंदे हाँ और ट्रेनिंग नाल साडी कारगुजारी विच बेहतरी आंदी हैगी है साडे मनोबल और आत्मविश्वास विच भी वाधा हुंदा हैगा और असी अपने सिस्टम दे विच एट पार असी काम कर पांदे हाँ। वैसे भी हर्ष जी तुसीं देखो भी जिन्नी तेजी नाल टेक्नोलॉजी चेंज होंदी आ साडी जरूरत जिहड़ी आ होर भी ज़्यादा यह वध गई आ क्योंकि जे असी समय मुताबक ट्रेनिंग प्राप्त नहीं करांगे तां असी उणी रहि जावांगे परफॉर्मेंस करच। बिल्कुल शर्मा जी तुसी देखो जेकर असी एट पार नहीं आवांगे ते असी अपने आप नूं अपडेट नहीं करांगे ते असी अपने सिस्टम तो पिछे 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 ही होई जावांगे चलदे रहांगे। ते इस करके असी जिहड़ा विशा चुणिया कि समर्था निर्माण जिहड़ा ਉਹ ਕਿਉਂ ਜ਼ਰੂਰੀ ਆ ਹਰ ਅਧਿਕਾਰੀ ਕਰਮਚਾਰੀ ਲਈ ਪਰ ਇਸ ਤੋਂ ਬਗੈਰ ਹੋਰ ਕੀ ਆਪਾਂ ਕਰਵਾ ਰਹੇ ਹਾਂ ਸਾਡੇ ਤਾਇਆ ਜੀ ਸਾਡੇ ਸਰੋਤਿਆਂ ਲਈ ਲੈ ਕੇ ਆਣਗੇ ਸਕਿੱਟ ਅਤੇ ਸਾਡੇ ਬੱਚੇ ਵੀ ਭਰਵੀਂ ਹਾਜ਼ਰੀ ਲਵਾਉਣਗੇ ਅਤੇ ਆਪਾਂ ਇਹ ਦੱਸੀਏ ਦਰਸ਼ਕਾਂ ਨੂੰ ਕਿ ਸਾਡੇ ਅੱਜ ਦੇ ਵਿਸ਼ੇ ਦੇ ਮਹਿਮਾਨ ਜਾਂ ਸਾਡੇ ਮਾਹਰ ਕੌਣ ਨੇ। ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਟ੍ਰੇਨਿੰਗ ਯੂਨਿਟ ਦੇ ਹੈੱਡ ਸ਼੍ਰੀ ਰਾਜੇਸ਼ ਬਜਾਜ ਜੀ ਸਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਯੈਸ ਦਰਸ਼ਕੋ ਮੈਂ ਤੁਹਾਨੂੰ ਯਾਦ ਕਰਾ ਦੇਵਾਂ ਕੁਛ ਮਹੀਨੇ ਪਹਿਲਾਂ ਵੀ ਅਸੀਂ ਬਜਾਜ ਸਾਹਿਬ ਨੂੰ ਸਟੂਡੀਓ ਬੁਲਾਇਆ ਸੀਗਾ ਅਤੇ ਬਜਾਜ ਸਾਹਿਬ ਦਾ ਟ੍ਰੇਨਿੰਗ ਜਾਂ ਸਮਰੱਥਾ ਨਿਰਮਾਣ 'ਚ ਜਲ ਸਪਲਾਈ ਵਿਭਾਗ ਦੇ ਰੀਸੈਂਟ ਪਾਸਟ ਵਿੱਚ ਹਰ ਇੱਕ ਵਰਗ ਦੇ ਅਧਿਕਾਰੀ ਨੂੰ ਜਾਂ ਕਰਮਚਾਰੀ ਨੂੰ ਟ੍ਰੇਨਿੰਗ ਦੇਣ 'ਚ ਬਹੁਤ ਵੱਡਾ ਯੋਗਦਾਨ ਰਿਹਾ ਅਤੇ ਆਓ ਆਪਾਂ ਰੂਬਰੂ ਕਰੀਏ ਬਜਾਜ ਜੀ ਨੂੰ। ਪਿਆਰੇ ਦਰਸ਼ਕੋ ਸਾਡੇ ਅੱਜ ਦੇ ਮਹਿਮਾਨ ਸ਼੍ਰੀ ਰਾਜੇਸ਼ ਬਜਾਜ ਜੀ ਸਾਡੇ ਵਿੱਚ ਆ ਚੁੱਕੇ ਨੇ ਆਓ ਉਹਨਾਂ ਦਾ ਸਵਾਗਤ ਕਰੀਏ। ਸਵਾਗਤ ਹੈ ਬਜਾਜ ਸਾਹਿਬ ਤੁਹਾਡਾ। ਥੈਂਕ ਯੂ ਜੀ। ਬਜਾਜ ਸਾਹਿਬ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਇਹ ਗੱਲ ਗੋਚਰੇ ਕਰ ਚੁੱਕੇ ਹਾਂ ਵੀ ਅੱਜ ਦਾ ਵਿਸ਼ਾ ਅਸੀਂ ਚੁਣਿਆ ਕਿ ਸਮਰੱਥਾ ਨਿਰਮਾਣ ਦੀ ਅਹਿਮੀਅਤ ਕੀ ਆ ਜੀ ਅਤੇ ਸਾਡਾ ਜਿਹੜਾ ਪਹਿਲਾ ਸਵਾਲ ਵੀ ਇਹਦੇ ਨਾਲ ਮਿਲਦਾ ਜੁਲਦਾ ਵੀ ਸਮਰੱਥਾ ਨਿਰਮਾਣ ਜਾਂ ਟ੍ਰੇਨਿੰਗ ਦੀ ਲੋੜ ਕਿਉਂ ਪੈਂਦੀ ਆ ਅਤੇ ਇਹਦੀ ਕੀ ਅਹਿਮੀਅਤ ਆ। ਦੇਖੋ ਸ਼ਰਮਾ ਜੀ ਸਮਰੱਥਾ ਨਿਰਮਾਣ ਦੀ ਅਗਰ ਆਪਾਂ ਗੱਲ ਕਰੀਏ ਕਿਸੇ ਵੀ ਸੰਸਥਾਨ ਜਾਂ ਅਗਰ ਆਪਾਂ ਆਪਣੇ ਮਹਿਕਮੇ ਦੀ ਗੱਲ ਕਰੀਏ ਜਦੋਂ ਆਪਾਂ ਕੋਈ ਵੀ ਨਵੀਂ ਚੀਜ਼ ਸਿੱਖਣੀ ਹੈ ਤਾਂ ਉਹਦੇ ਲਈ ਸਮਰੱਥਾ ਨਿਰਮਾਣ ਦੀ ਜ਼ਰੂਰਤ ਪੈਂਦੀ ਹੈ ਆਪਣੀ ਸੋਚ ਨੂੰ ਹੋਰ ਵਧਾਉਂਦਾ ਹੈ ਜਾਂ ਜਿਵੇਂ ਆਪਣਾ ਕੋਈ ਐਗਜ਼ਿਸਟਿੰਗ ਸਿਸਟਮ ਹੈ ਉਹਦੇ ਵਿੱਚ ਅਗਰ ਆਪਾਂ ਸੁਧਾਰ ਕਰਨਾ ਹੈ ਤਾਂ ਆਪਾਂ ਨੂੰ ਸਮਰੱਥਾ ਨਿਰਮਾਣ ਦੀ ਲੋੜ ਪੈਂਦੀ ਹੈ। ਮਹਿਕਮੇ ਦੇ ਵਿੱਚ ਸਮਰੱਥਾ ਨਿਰਮਾਣ ਲਈ ਅਸੀਂ ਵਿਸ਼ੇ ਮਾਹਿਰ ਜਿਹੜੇ ਹੈਗੇ ਨੇ ਆਊਟਸਾਈਡ ਉਹਨਾਂ ਦੀ ਸਰਵਿਸਿਜ਼ ਲੈਂਦੇ ਹਾਂ ਅਸੀਂ ਉਹਨਾਂ ਤੋਂ ਟ੍ਰੇਨਿੰਗ ਕਰਵਾਉਂਦੇ ਹਾਂ ਜਾਂ ਜਿਹੜੇ ਬਾਹਰ ਦੇ ਸੰਸਥਾਨ ਹੈਗੇ ਨੇ ਉੱਥੋਂ ਵੀ ਅਸੀਂ ਸਿਖਲਾਈ ਕਰਾਈ ਦੀ ਹੈ। ਮਹਿਕਮੇ ਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਸਮਰੱਥਾ ਨਿਰਮਾਣ ਜਿਹੜਾ ਹੈ ਇਹ ਰਾਤੋ ਰਾਤ ਨਹੀਂ ਹੁੰਦਾ ਇਹਦੇ ਲਈ ਬੜਾ ਟਾਈਮ ਲੱਗ ਜਾਂਦਾ ਹੈ ਸ਼ਰਮਾ ਜੀ ਕਈ ਵਾਰੀ ਤਾਂ ਸਾਲੋ ਸਾਲ ਲੱਗ ਜਾਂਦੇ ਨੇ ਤਾਂ ਕਰਕੇ ਮਹਿਕਮੇ ਦੀ ਇਹ ਸੋਚ ਹੈ ਕਿ ਅਸੀਂ ਅੱਜ ਤੋਂ ਹੀ ਆਪਣੇ ਇੰਜੀਨੀਅਰਸ ਨੂੰ ਸਿਖਲਾਈ ਦੇਣਾ ਟ੍ਰੇਨਿੰਗ ਦੇਣਾ ਸ਼ੁਰੂ ਕਰ ਦਈਏ ਤਾਂ ਕਿ ਹੌਲੀ ਹੌਲੀ ਨਿਰਭਰਤਾ ਜਿਹੜੀ ਬਾਹਰੀ ਸੰਸਥਾਨਾਂ 'ਤੇ ਘੱਟ ਜਾਵੇ। ਸਰ ਇੱਥੇ ਸਾਡੇ ਡਿਪਾਰਟਮੈਂਟ ਵਿੱਚ ਵੱਖ ਵੱਖ ਕੈਡਰ ਨੇ ਅਸੀਂ ਅਲੱਗ ਅਲੱਗ ਕੈਡਰ ਲਈ ਅਲੱਗ ਅਲੱਗ ਟ੍ਰੇਨਿੰਗ ਜਿਹੜੇ ਹੈਗੇ ਆ ਉਹ ਪ੍ਰਿਪੇਅਰ ਕਰਦੇ ਹੈਗੇ ਆ ਜੇ ਇਹੋ ਜਿਹਾ ਕਰਦੇ ਹਾਂ ਤਾਂ ਸਰ ਇਹ ਕਿਉਂ ਹੈ? ਸਰ ਬੜਾ ਇੰਟਰਸਟਿੰਗ ਹਰਸ਼ ਜੀ ਤੁਸੀਂ ਸਵਾਲ ਪੁੱਛਿਆ। ਦੇਖੋ ਸਾਡੇ ਮਹਿਕਮੇ ਵਿੱਚ ਜੇਈ ਵੀ ਹੈਗੇ ਨੇ SDO ਵੀ ਹੈਗੇ ਨੇ ਜੇ ਆਪਾਂ ਪਹਿਲਾਂ ਜੇਈਜ਼ ਦੀ ਗੱਲ ਕਰੀਏ ਜੇਈਜ਼ ਦਾ ਮੇਨ ਕੰਮ ਹੈ ਉਹਨਾਂ ਨੇ ਫੀਲਡ ਦੇ ਵਿੱਚ ਜਾਣਾ ਹੈ ਉਹਨਾਂ ਨੇ ਦੇਖਣਾ ਨਵੀਆਂ ਜਿਹੜੀਆਂ ਵਾਟਰ ਸਪਲਾਈ ਦੀ ਸਕੀਮਾਂ ਹੈਗੀਆਂ ਉਹ ਮਹਿਕਮੇ ਦੇ ਟੈਕਨੀਕਲ ਮੈਨੂਅਲ ਦੇ ਅਕੋਰਡਿੰਗ ਬਣ ਰਹੀਆਂ ਕਿ ਨਹੀਂ। ਹੁਣ ਜਿਹੜੇ SDO ਹੈਗੇ ਨੇ ਉਹਨਾਂ ਦੀ ਟੀਮ ਹੈ ਜੇਈਜ਼ ਦੀ ਉਹਨਾਂ ਨੂੰ ਅਸੀਂ ਫਿਰ ਟ੍ਰੇਨਿੰਗ ਦੇਣੀ ਹੈ ਲੀਡਰਸ਼ਿਪ ਦੇ ਉੱਪਰ ਟੀਮ ਬੌਂਡਿੰਗ ਦੇ ਉੱਪਰ ਟ੍ਰੇਨਿੰਗ ਦੇਣੀ ਹੈ।
इस तो इलावा आपां एक्सीएन हैगे ने, एक्सीएन नूं असीं देखना हैगा कि डिसीजन मेकिंग की ट्रेनिंग उन्होंने देनी है, कॉन्फ्लिक्ट रेजोल्यूशन की ट्रेनिंग देनी है, मोटिवेशन की ट्रेनिंग देनी है, ये सारिया ट्रेनिंग्स असीं देने हैं। सो बजाज साहब टैक्नीकल स्टाफ तुसीं दस्ता भी जेई साहबान वास्ते ट्रेनिंग अलग आ, एस डी ओ साहबान वास्ते, एक्सीएन साहबान वास्ते, टैक्नीकल तो बगैर भी साडे विभाग दे विच होर भी बहुत कर्मचारी आ, साडे बाकी विंग वा, उन्हां वास्ते तुसीं विशेष ट्रेनिंग ऑर्गेनाइज करदे आ? बिल्कुल शर्मा जी, साडे कोल जिहड़े हैगे ने सोशल यूनिट है, बहुत वड्डा यूनिट है, इत्थे असी नवें आई सी हुणे भर्ती कीते आ, बी आर सी हैगे ने, सी डी एस हैगे ने शर्मा जी, इन्हां लई असी ट्रेनिंग ऑर्गेनाइज़ हुणे कीती है। इस दे नाल नाल जी पी डबल्यू एस सी मैंबरस वास्ते असी ट्रेनिंग ऑर्गेनाइज़ करते हाँ कि जिहड़े वो जल सप्लाई स्कीमां है शर्मा जी, उन्हां दा रख रखाव ते सही संचालन वो किवें कर सकदे ने, इस दी ट्रेनिंग करते हाँ। एक शर्मा जी ट्रेनिंग मेरे दिल दे बड़ी करीब है, तुहाडे नाल मैं शेयर करना चाहवांगा। असी हाल दे विच पहली वारी महकमे दे विच इदां कीता है कि ड्राइवर्स ते सेवादार उन्हां दी असी स्पैशल एक दिन की ट्रेनिंग करवाई है, जिंदे विच असी दस्सिया शर्मा जी कि उन्हां दा रोल एंड रिस्पोंसिबिलिटी की है, सर्विस विद स्माइल किवें करना है, मैनरिज्म की हुंदा है, एटिकेट्स की हुंदा है, ਇਹ ਸਾਰੀਆਂ ਚੀਜ਼ਾਂ ਦੀ ਅਸੀਂ ਡਿਸਕਸ਼ਨ ਸ਼ਰਮਾ ਜੀ ਉਹਨਾਂ ਨਾਲ ਕੀਤੀ ਹੈ। ਔਰ ਜ਼ਰੂਰਤ ਵੀ ਹੁੰਦੀ ਹੈ ਨਾ? ਬਿਲਕੁਲ ਬਿਲਕੁਲ, ਇਹ ਸੌਫਟ ਸਕਿੱਲਸ ਦੀ ਬਹੁਤ ਅਲੱਗ ਹੀ ਤਰ੍ਹਾਂ ਦੀ ਅਹਿਮੀਅਤ ਹੈ ਆਪਣੇ ਵਿਭਾਗ ਵਿੱਚ। ਬਿਲਕੁਲ ਸਰ, ਮੈਂ ਇਹ ਪੁੱਛਣਾ ਚਾਹਾਂਗੀ ਜਿਹੜੀ ਅਸੀਂ ਟ੍ਰੇਨਿੰਗ ਦਿੰਦੇ ਹਾਂ ਉਹਦੇ ਕੁਝ ਸੰਸਥਾਨ, ਕੁਝ ਅਦਾਰੇ ਜਾਂ ਵਿਸ਼ਾ ਮਾਹਿਰ ਅਸੀਂ ਚੁਣਦੇ ਹੈਗੇ ਹਾਂ? ਬਿਲਕੁਲ ਹਰਸ਼ ਜੀ, ਤੁਸੀਂ ਬਿਲਕੁਲ ਠੀਕ ਕਿਹਾ, ਸਾਡੇ ਕੋਲ ਦੋ ਪ੍ਰੋਜੈਕਟਸ ਦੇ ਉੱਪਰ ਅਸੀਂ ਕੰਮ ਕਰ ਰਹੇ ਹਾਂ ਹਰਸ਼ ਜੀ। ਇੱਕ ਤਾਂ ਸਾਡਾ ਵਰਲਡ ਬੈਂਕ ਪ੍ਰੋਜੈਕਟ ਹੈ, ਸਾਡੇ ਕੋਲ ਉਹਦੇ 'ਚ ਅਪਰੂਵਡ ਟ੍ਰੇਨਿੰਗ ਇੰਸਟੀਚਿਊਟਸ ਦੀ ਹਰਸ਼ ਜੀ ਲਿਸਟ ਹੈਗੀ ਹੈ। ਇਸ ਤੋਂ ਇਲਾਵਾ ਸਾਡਾ ਜੇ ਜੇ ਐਮ ਜਲ ਜੀਵਨ ਮਿਸ਼ਨ ਜਿਹਨੂੰ ਕਹਿੰਦੇ ਹਾਂ, ਉਹ ਪ੍ਰੋਜੈਕਟ ਹੈਗਾ, ਉਹਦੇ ਵਿੱਚ ਸਾਡੇ ਕੋਲ ਆਥੋਰਾਈਜ਼ਡ ਨੌਲੇਜ ਰਿਸੋਰਸ ਸੈਂਟਰ ਨੇ ਹਰਸ਼ ਜੀ। ਮੈਂ ਇੱਕ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਆਪਣੇ ਲੋਕਲ ਚੰਡੀਗੜ੍ਹ 'ਚ ਹੀ ਹਰਸ਼ ਜੀ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਸ਼ੋਰਟ 'ਚ ਆਪਾਂ ਐਮ ਜੀ ਸੀਪਾ ਜਿਹਨੂੰ ਕਹਿੰਦੇ ਹਾਂ, ਜੀ ਕਾਫੀ ਵਧੀਆ ਉੱਥੇ ਟ੍ਰੇਨਿੰਗਸ ਅਸੀਂ ਕਰਵਾ ਰਹੇ ਹਾਂ। ਅਤੇ ਇੱਕ ਮੈਂ ਦੱਸੋ ਬਜਾਜ ਸਾਹਿਬ ਕਿ ਜਦੋਂ ਦਾ ਕੋਵਿਡ ਆਇਆ ਸਾਡੇ ਚੁਣੌਤੀਆਂ ਵਧੀਆਂ, ਅਸੀਂ ਕੋਵਿਡ ਤੋਂ ਪਹਿਲਾਂ ਟ੍ਰੇਨਿੰਗ ਕਿਵੇਂ ਦਿਵਾਉਂਦੇ ਸੀਗੇ ਅਤੇ ਕੋਵਿਡ ਆਉਣ ਤੋਂ ਬਾਅਦ ਹੁਣ ਕੀ ਰੂਪਰੇਖਾ ਬਦਲੀ ਆ ਅਤੇ ਕੋਵਿਡ ਦੇ ਨਾਲ ਚੁਣੌਤੀਆਂ ਹੱਲ ਕਿਵੇਂ ਕੀਤੀਆਂ? ਇਹ ਮੈਨੂੰ ਬਹੁਤ ਹੀ ਚੰਗਾ ਲੱਗਿਆ ਤੁਹਾਡਾ ਸਵਾਲ, ਕਿਉਂਕਿ ਮੈਨੂੰ ਇਹ ਲੱਗਦਾ ਹੈ ਐਜ਼ ਟ੍ਰੇਨਿੰਗ ਹੈੱਡ ਕੋਵਿਡ ਤੋਂ ਪਹਿਲਾਂ ਰੋਲ ਸ਼ਰਮਾ ਜੀ ਬੜਾ ਈਜ਼ੀ ਸੀ, ਕੀ ਕਰਨਾ, ਕਲਾਸਰੂਮ ਸਾਰਿਆਂ ਨੂੰ ਬੁਲਾਉਣਾ ਹੈ, ਇਕੱਠ ਕਰਨਾ, ਆਪਾਂ ਪ੍ਰੈਜੈਂਟੇਸ਼ਨ ਚਲਾ ਦੇਣੀ ਹੈ ਲੈਪਟੋਪ 'ਤੇ, ਬੜਾ ਈਜ਼ੀ ਕੰਮ ਹੁੰਦਾ ਸੀ, ਇੱਕੋਦਮ ਜਿਵੇਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਤਾ ਅਤੇ ਮਹਿਕਮਾ ਵੀ ਕੋਵਿਡ ਨਾਲ ਅਛੂਤਾ ਨਹੀਂ ਰਿਹਾ ਸ਼ਰਮਾ ਜੀ। ਬੜੀ ਮੁਸ਼ਕਿਲ ਆ ਗਈ, ਪਹਿਲਾਂ ਤਾਂ ਸਮਝ ਨਹੀਂ ਆਇਆ ਕੀ ਕਰੀਏ, ਫਿਰ ਉਸ ਤੋਂ ਬਾਅਦ ਅਸੀਂ ਇੱਕ ਨਵਾਂ ਮਾਡਲ ਇਜਾਦ ਕੀਤਾ ਜਿਹਨੂੰ ਆਪਾਂ ਹਾਈਬ੍ਰਿਡ ਮਾਡਲ ਕਹਿੰਦੇ ਹਾਂ ਸ਼ਰਮਾ ਜੀ, ਬਲੈਂਡਡ ਟ੍ਰੇਨਿੰਗ ਮਾਡਲ। ਇਹਦੇ ਵਿੱਚ ਅਸੀਂ ਕੀ ਕਰੀਦਾ, ਦੋਨੋਂ ਮਿਕਸ ਕਰਤਾ। ਬਿਲਕੁਲ, ਤੁਸੀਂ ਬਿਲਕੁਲ ਸਹੀ ਕਿਹਾ, ਇਹਦੇ ਵਿੱਚ ਅਸੀਂ ਪਹਿਲਾਂ ਆਨਲਾਈਨ ਟ੍ਰੇਨਿੰਗ ਥੋੜ੍ਹੀ ਜਿਹੀ ਕਰੀਦੀ ਹੈ, ਲਾਈਵ ਟ੍ਰੇਨਿੰਗ ਕਰੀਦੀ ਹੈ, ਰਿਕਾਰਡਿਡ ਸੈਸ਼ਨ ਕਰੀਦੇ ਆ, ਅਤੇ ਆਫਲਾਈਨ ਟ੍ਰੇਨਿੰਗ ਕਰੀਦੀ ਹੈ। ਯਾਨੀ ਕਿ ਜਦੋਂ ਤੁਸੀਂ ਦੋਨਾਂ ਟ੍ਰੇਨ ਨੂੰ ਮਿਲਾ ਕਰਦੇ ਆ ਉਹਦੇ ਰਿਜ਼ਲਟ ਵੀ ਬਿਹਤਰ ਆਉਂਦੇ ਹੋਣਗੇ? ਬਿਲਕੁਲ ਸਹੀ ਕਿਹਾ ਤੁਸੀਂ, ਬਿਲਕੁਲ ਬਿਹਤਰ ਰਿਜ਼ਲਟ ਨੇ ਉਹਦੇ। ਸਰ, ਮੈਂ ਜਾਣਨਾ ਚਾਹਾਂਗੀ ਕਿ ਟ੍ਰੇਨਿੰਗ ਯੂਨਿਟ ਦੀਆਂ ਜ਼ਿਕਰਯੋਗ ਪ੍ਰਾਪਤੀਆਂ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋ। ਹਰਸ਼ ਜੀ, ਸ਼ਾਇਦ ਇੰਨਾ ਟਾਈਮ ਬੜਾ ਘੱਟ ਹੈ ਕਿ ਮੈਂ ਜਿਹੜੀ ਸਾਰੀ ਉਪਲਬਧੀਆਂ ਦੱਸ ਪਾਵਾਂ, ਫਿਰ ਵੀ ਦੋ ਤਿੰਨ ਉਪਲਬਧੀਆਂ ਜਿਹੜੀ ਟ੍ਰੇਨਿੰਗ ਹੁੰਦੀਆਂ ਪਿਛਲੇ ਸਾਲ ਦੀਆਂ ਹੈਗੀਆਂ ਮੈਂ ਰੋਸ਼ਨੀ ਪਾਉਣਾ ਚਾਹਾਂਗਾ। ਸਭ ਤੋਂ ਵੱਡੀ ਤਾਂ ਇਹ ਹੈਗਾ, ਅਸੀਂ ਇੱਕ ਬਹੁਤ ਹੀ ਵਧੀਆ ਟ੍ਰੇਨਿੰਗ ਮੈਨੂਅਲ ਹਰਸ਼ ਜੀ ਤਿਆਰ ਕੀਤਾ। ਇਹ ਮੈਨੂਅਲ ਅਸੀਂ ਪੰਪ ਓਪਰੇਟਰ ਜਿਹੜੇ ਜੂਨੀਅਰ ਟੈਕਨੀਸ਼ੀਅਨ ਜਿਹੜੇ ਫੀਲਡ 'ਚ ਹੁੰਦੇ ਨੇ ਉਹਨਾਂ ਵਾਸਤੇ ਤਿਆਰ ਕੀਤਾ। ਹਰਸ਼ ਜੀ, ਇਹ ਮੈਨੂਅਲ ਦੇ ਨਾਲ ਉਹ ਜਲ ਸਪਲਾਈ ਸਕੀਮਾਂ ਦਾ ਸਹੀ ਸੰਚਾਲਨ ਅਤੇ ਰੱਖ ਰਖਾਵ ਕਿਵੇਂ ਕਰ ਸਕਦੇ ਨੇ ਇਹ ਪਤਾ ਲੱਗਦਾ। ਇਹ ਪੰਜਾਬੀ 'ਚ? ਇਹ ਪੰਜਾਬੀ 'ਚ, ਲੋਕਲ ਲੈਂਗੁਏਜ, ਬੜੀ ਸਰਲ ਭਾਸ਼ਾ 'ਚ, ਬੜੀ ਫੋਟੋਆਂ, ਤੁਹਾਨੂੰ ਬਹੁਤ ਪਸੰਦ ਆਏਗਾ। ਦੂਜੀ ਜਿਹੜੀ ਸਭ ਤੋਂ ਵੱਡੀ ਅਚੀਵਮੈਂਟ ਹੈਗੀ ਹੈ, ਅਸੀਂ ਜੀ ਪੀ ਡਬਲਿਊ ਐਸ ਸੀ ਦੀ ਮਹਿਲਾਵਾਂ ਵਾਸਤੇ 5000 ਤੋਂ ਜ਼ਿਆਦਾ ਮਹਿਲਾਵਾਂ ਦੀ ਪੰਜਾਬ 'ਚ ਟ੍ਰੇਨਿੰਗ ਕੀਤੀ ਹੈ, ਵਾਟਰ ਕੁਆਲਿਟੀ ਟੈਸਟਿੰਗ। ਘਰੇ ਬੈਠੇ ਹਰਸ਼ ਜੀ ਤੁਸੀਂ ਪਾਣੀ ਦੀ ਸ਼ੁੱਧਤਾ ਦਾ, ਗੁਣਵੱਤਾ ਦਾ ਜਾਂਚ ਕਰ ਸਕਦੇ ਹੋ ਫੀਲਡ ਟੈਸਟਿੰਗ ਕਿੱਟ ਰਾਹੀਂ। ਬਿਲਕੁਲ। ਇੱਕ ਹੋਰ ਮੈਂ ਅਚੀਵਮੈਂਟ ਦੱਸਣਾ ਚਾਹਾਂਗਾ, ਸਾਡੀ ਹਰਸ਼ ਜੀ ਇੱਕ ਡਰਾਇੰਗ ਬ੍ਰਾਂਚ ਹੈ ਜਿਹਦੇ ਵਿੱਚ ਡਰਾਫਟਮੈਨ ਹੁੰਦੇ ਨੇ, ਜੂਨੀਅਰ ਡਰਾਫਟਮੈਨ ਹੁੰਦੇ ਨੇ, ਉਹਨਾਂ ਦੀ ਅਸੀਂ ਟ੍ਰੇਨਿੰਗ ਕੀਤੀ ਹੈ ਐਸਟੀਮੇਟ ਪ੍ਰੈਪਰੇਸ਼ਨ ਦੇ ਉੱਪਰ। ਇਹ ਕੁਝ ਉਪਲਬਧੀ, ਇਹ ਤਾਂ ਬਜਾਜ ਸਾਹਿਬ ਹੋ ਗਈਆਂ ਆਪਣੀਆਂ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਜੀ, ਅਤੇ ਜੇ ਮੈਂ ਇਹ ਜਾਣਨਾ ਚਾਹਾਂ ਵੀ ਤੁਹਾਡੇ ਯੂਨਿਟ ਨੇ ਜਿਹੜਾ ਅਗਲੇ ਸਾਲ ਵਾਸਤੇ ਜਾਂ ਕਰੰਟ ਈਅਰ ਵਾਸਤੇ ਫਿਊਚਰ ਪਲਾਨ ਕੀ ਬਣਾਈਆਂ ਹੋਈਆਂ? ਦੇਖੋ, ਪੰਜਾਬ ਸਰਕਾਰ ਨੇ, ਅਸੀਂ ਇੱਥੇ ਮਹਿਕਮੇ ਨੇ ਇੱਕ ਬਹੁਤ ਹੀ ਪਲੈਨਿੰਗ ਜਿਹੜੀ ਕੀਤੀ ਹੈ ਉਹ ਇਸ ਸਾਲ ਵਾਸਤੇ ਕੀਤੀ ਹੈ ਕਿ ਹਰ ਪਿੰਡ 'ਚ ਸ਼ਰਮਾ ਜੀ ਅਸੀਂ ਇੱਕ ਪਲੰਬਰ ਅਤੇ ਇੱਕ ਇਲੈਕਟ੍ਰੀਸ਼ੀਅਨ ਆਈਡੈਂਟੀਫਾਈ ਕੀਤਾ, ਉਹਨੂੰ ਟ੍ਰੇਨਿੰਗ ਦੇਣੀ ਹੈ, ਸਕਿੱਲ ਟ੍ਰੇਨਿੰਗ, ਸਕਿੱਲ ਡਿਵੈਲਪਮੈਂਟ ਮਿਸ਼ਨ ਦਊਗਾ ਸ਼ਰਮਾ ਜੀ ਉਹ ਟ੍ਰੇਨਿੰਗ। ਇਸ ਦੇ ਨਾਲ ਕੀ ਹੋਏਗਾ ਕਿ ਜਿੰਨੀਆਂ ਵੀ ਪਾਣੀ ਸਪਲਾਈ ਦੀ ਸਕੀਮਾਂ ਹੁਣ ਆਪਾਂ ਹੈਗੀਆਂ ਜਿਹੜੀਆਂ ਨਵੀਆਂ ਲਾਂਚ ਕਰਾਂਗੇ, ਸਾਰਾ ਪਿੰਡ ਵਾਸੀਆਂ ਨੂੰ ਉੱਥੇ ਕੰਮ ਮਿਲੇਗਾ ਇਲੈਕਟ੍ਰੀਸ਼ੀਅਨ ਅਤੇ ਪਲੰਬਿੰਗ ਦਾ, ਅਤੇ ਨਾਲੇ ਉਹ ਆਤਮ ਨਿਰਭਰ ਬਣ ਸਕਣਗੇ।
ਬਹੁਤ ਵਧੀਆ ਗੱਲ ਆ, ਯਾਨੀ ਕਿ ਇੱਕ ਰੂਫ ਹੇਠ ਇੱਕ ਪਿੰਡ ਵਿੱਚ ਉਹਦੀ ਸੇਵਾਵਾਂ ਆ ਉਹ ਸਾਰਿਆਂ ਨੂੰ ਮਿਲਿਆ ਕਰਨਗੀਆਂ। ਬਿਲਕੁਲ, ਇਹ ਤਾਂ ਜੀ ਵਾਕਈ ਅੱਛੀ ਮਤਲਬ ਵੱਡਾ ਔਰ ਅੱਛਾ ਉਪਰਾਲਾ ਹੈ। ਜੀ ਸਰ, ਤੁਸੀਂ ਗ੍ਰਾਮ ਪੰਚਾਇਤ ਵਾਟਰ ਸੈਨੀਟੇਸ਼ਨ ਬਾਰੇ ਗੱਲ ਕੀਤੀ, ਮੈਂ ਇੱਥੇ ਪੁੱਛਣਾ ਚਾਹਾਂਗੀ ਕਿ ਅਗਲੇ ਸਾਲ ਗ੍ਰਾਮ ਪੰਚਾਇਤ ਵਾਟਰ ਸੈਨੀਟੇਸ਼ਨ ਕਮੇਟੀ ਬਾਰੇ ਅਸੀਂ ਕੀ ਟ੍ਰੇਨਿੰਗਾਂ ਜਿਹੜੀਆਂ ਹੈਗੀਆਂ ਔਰਗਨਾਈਜ਼ ਕਰਾਂਗੇ? ਹਰਜੀਤ, ਤੁਹਾਨੂੰ ਜਾਣ ਕੇ, ਸ਼ਰੋਤਿਆਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਅਸੀਂ ਇੱਕ ਬੜਾ ਇਨੋਵੇਟਿਵ ਸਟੈਪ ਲੈ ਕੇ ਜਾ ਰਹੇ ਹਾਂ ਕਿ GPWSC ਮੈਂਬਰਸ ਵਾਸਤੇ ਅਸੀਂ ਇੱਕ MOU ਸਾਈਨ ਕਰ ਚੁੱਕੇ ਹਾਂ ਆਲਰੇਡੀ ਚੰਡੀਗੜ੍ਹ ਦੇ ਵਿੱਚ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਨਾਲ। ਇਹਦੇ ਨਾਲ ਕੀ ਹੋਏਗਾ, ਬਲੈਂਡਿਡ ਟ੍ਰੇਨਿੰਗ ਅਸੀਂ ਆਉਣ ਵਾਲੇ 3 ਸਾਲਾਂ 'ਚ ਕਰ ਰਹੇ ਹਾਂ। 120,000 GPWSC ਮੈਂਬਰਸ ਦੀ ਹਰਚੀ, ਯਾਨੀ 40,000 ਮੈਂਬਰਸ ਹਰ ਸਾਲ ਅਸੀਂ ਬਲੈਂਡਿਡ ਜਾਂ ਫਿਰ ਹਾਈਬ੍ਰਿਡ ਮਾਡਲ ਦੇ ਨਾਲ ਕਰਾਂਗੇ, ਜਾਂ ਆਨਲਾਈਨ ਜਾਂ ਆਫਲਾਈਨ। ਯਾਨੀ ਹਰਸ਼ ਜੀ, ਜਿਹੜੇ ਉਹ 1.25 ਲੱਖ ਜਾਂ 1,20,000 ਲੋਕ ਆ, ਜਦੋਂ ਉਹ ਟ੍ਰੇਨਿੰਗ ਲੈਣਗੇ ਪ੍ਰੋਫੈਸ਼ਨਲ ਢੰਗ ਨਾਲ, ਆਲਰੇਡੀ ਸਾਡੀਆਂ ਬਹੁਤ ਅੱਛੀਆਂ ਕਮੇਟੀਆਂ ਚੱਲ ਰਹੀਆਂ ਵਾ, ਪਰ ਜਦੋਂ ਉਹਨਾਂ ਨੂੰ ਪ੍ਰੋਫੈਸ਼ਨਲ ਗਿਆਨ ਮਿਲ ਜੂਗਾ, ਤਾਂ ਮੇਰਾ ਖਿਆਲ ਆ ਸਾਡੀਆਂ ਜਿਹੜੀਆਂ ਸਕੀਮਾਂ ਉਹ ਸੁਚਾਰੂ ਢੰਗ ਨਾਲ ਚੱਲਣ ਦੇ ਕਾਬਲ ਹੋ ਜਾਣਗੀਆਂ। ਬਿਲਕੁਲ, ਜੇ ਸਾਡਾ ਵਿਭਾਗ ਉਹਨਾਂ ਦੀ ਇੰਨੀ ਅੱਛੀ ਤਰ੍ਹਾਂ ਹੈਂਡ ਹੋਲਡਿੰਗ ਕਰੇਗਾ, ਤਾਂ ਆਟੋਮੈਟਿਕਲੀ ਸਾਡੀਆਂ ਜਿਹੜੀਆਂ ਕਮੇਟੀਆਂ ਨੇ ਉਹ ਹੋਰ ਵੀ ਜ਼ਿਆਦਾ ਸਟਰੈਂਥਨ ਹੋਣਗੀਆਂ। ਸੋ ਹਰਸ਼ ਜੀ, ਬਜਾਜ ਸਾਹਿਬ ਨੇ ਟ੍ਰੇਨਿੰਗ ਦੇ ਸਮਰੱਥਾ ਨਿਰਮਾਣ ਦੇ ਹਰ ਪਹਿਲੂ ਨੂੰ ਬਹੁਤ ਸੱਜੇ ਢੰਗ ਨਾਲ ਜਿਹੜਾ ਸਾਨੂੰ ਦੱਸਿਆ, ਸਾਡੇ ਸਰੋਤੇ, ਸਾਡੇ ਦਰਸ਼ਕ, ਸਾਡੇ ਮਹਿਕਮੇ ਦੇ ਹਰ ਇੱਕ ਪੱਧਰ ਦੇ ਅਧਿਕਾਰੀ ਕਰਮਚਾਰੀ ਉਮੀਦ ਹੈ ਭਰਪੂਰ ਫਾਇਦਾ ਉਠਾਉਣਗੇ। ਮੇਰਾ ਖਿਆਲ ਹੁਣ ਵੇਲਾ ਆ ਗਿਆ, ਤੁਸੀਂ ਅਤੇ ਮੈਂ ਆਪਣੇ ਸਰੋਤਿਆਂ ਵੱਲੋਂ, ਵਿਭਾਗ ਵੱਲੋਂ ਧੰਨਵਾਦ ਕਰੀਏ ਬਜਾਜ ਸਾਹਿਬ ਤੁਹਾਡਾ ਇੱਥੇ ਆਉਣ ਲਈ, ਬਹੁਤ ਬਹੁਤ ਧੰਨਵਾਦ। ਤੁਸੀਂ ਸਾਰਿਆਂ ਨੇ ਦੇਖਿਆ, ਰਾਜੇਸ਼ ਬਜਾਜ ਜੀ ਨੇ ਸਾਨੂੰ ਟ੍ਰੇਨਿੰਗ ਯੂਨਿਟ ਬਾਰੇ ਕਿੰਨੀ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ। ਪ੍ਰੀ ਕੋਵਿਡ ਐਂਡ ਪੋਸਟ ਕੋਵਿਡ ਦੌਰਾਨ ਕਿਵੇਂ ਡਿਪਾਰਟਮੈਂਟ ਟ੍ਰੇਨਿੰਗਸ ਆਪਣੇ ਸਟਾਫ ਮੈਂਬਰਸ ਲਈ ਆਰਗੇਨਾਈਜ਼ ਕਰਦਾ ਹੈ। ਹਰਸ਼ ਜੀ, ਵਾਕਈ ਇਹ ਗੱਲ ਮੈਂ ਵੀ ਨੋਟ ਕੀਤੀ, ਉਹ ਅੰਗਰੇਜ਼ੀ 'ਚ ਕਹਾਵਤ ਆ ਨਾ, ਬਲੈਸਿੰਗ ਇਨ ਡਿਸਗਾਈਜ਼, ਜੇ ਪੰਜਾਬੀ 'ਚ ਗੱਲ ਕਰੀਏ, ਕਈ ਵਾਰੀ ਸ਼ਰਾਪ ਵੀ ਵਰਦਾਨ ਬਣ ਜਾਂਦੇ ਆ। ਅਤੇ ਬਜਾਜ ਸਾਹਿਬ ਨੇ ਇਹ ਸਾਬਤ ਕਰਤਾ ਕਿ ਕੋਵਿਡ ਕਰਕੇ ਦੁਨੀਆ 'ਤੇ ਪਰੇਸ਼ਾਨ ਹੋਈ ਆ, ਪਰ ਉਹਨਾਂ ਨੇ ਪ੍ਰੀ ਕੋਵਿਡ ਅਤੇ ਪੋਸਟ ਕੋਵਿਡ ਟ੍ਰੇਨਿੰਗ ਮੋਡਿਊਲ ਨੂੰ ਬਲੈਂਡਡ ਕਰਕੇ ਜਾਂ ਹਾਈਬ੍ਰਿਡ ਕਰਕੇ ਇੱਕ ਵੱਖਰੀ ਚੀਜ਼ ਪੇਸ਼ ਕਰਤੀ। ਬਿਲਕੁਲ ਸ਼ਰਮਾ ਜੀ, ਉਹਨਾਂ ਨੇ ਦੱਸਿਆ ਕਿ ਸਾਨੂੰ ਆਪਣੇ ਸਿਸਟਮ ਨਾਲ, ਆਪਣੇ ਸਿਚੁਏਸ਼ਨ ਨਾਲ, ਆਪਣੇ ਇੰਪਲੋਈਜ਼ ਲਈ ਅਸੀਂ ਕਿਵੇਂ ਅਪਡੇਟ ਕਰਨਾ ਉਹਨਾਂ ਨੂੰ। ਔਰ ਮੈਨੂੰ ਇਹ ਵੀ ਗੱਲ ਅੱਛੀ ਲੱਗੀ ਕਿ ਉਹਨਾਂ ਨੇ ਜਿਹੜੇ ਸਾਡੇ JEE ਸਾਹਿਬਾਂ ਜਾਂ ਇੰਜੀਨੀਅਰਿੰਗ ਸਟਾਫ ਆ, ਉਹ ਤਾਂ ਟ੍ਰੇਨ ਕੀਤਾ ਹੀ ਕੀਤਾ, ਜਿਹੜਾ ਸਪੋਰਟਿੰਗ ਸਟਾਫ ਹੋਰ ਹੈਗੇ ਆ, ਸਾਡੇ ਡਰਾਈਵਰ ਸਾਹਿਬਾਨ ਆ, ਸਾਡੇ PNs ਆ, ਹੋਰ ਵੀ ਵਰਗਾਂ ਵਾਸਤੇ ਵੀ ਟ੍ਰੇਨਿੰਗਾਂ ਜਿਹੜੀਆਂ ਕੀਤੀਆਂ, ਕਿਉਂਕਿ ਆਪਾਂ ਸੋਚਦੇ ਹਾਂ ਟ੍ਰੇਨਿੰਗ ਜਿਹੜੀ ਹਰ ਵਰਗ ਨੂੰ ਚਾਹੀਦੀ ਆ, ਅਤੇ ਉਹ ਆਪਣੀ ਜਿਹੜੀ ਐਫੀਸ਼ੀਐਂਸੀ ਆ ਉਹ 'ਚ ਵਾਧਾ ਹੁੰਦਾ। ਬਿਲਕੁਲ ਸ਼ਰਮਾ ਜੀ, ਅਤੇ ਹੁਣ ਦੱਸੋ ਅਰਸ਼ ਜੀ, ਹੁਣ ਵੇਲਾ ਕੀ ਹੋ ਰਿਹਾ ਆਪਣਾ? ਹੁਣ ਸਾਡੇ ਕਿਸ਼ੋਰ ਐਂਡ ਟੀਮ ਜਿਹੜੀ ਹੈਗੀ ਹੈ ਸਾਡੇ ਸਰੋਤਿਆਂ ਲਈ ਸਕਿੱਟ ਲੈ ਕੇ ਆਈ ਹੈ। ਯਾਨੀ ਤਾਏ ਤਿਆਰ ਬੈਠੇ ਆ? ਬਿਲਕੁਲ, ਆਓ ਮਿਲੀਏ ਫਿਰ ਤਾਇਆ ਜੀ ਨੂੰ ਸਕਿੱਟਾਂ 'ਚ। ਤਾਇਆ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਤੂੰ ਮੇਰੇ ਹਾਲ ਚਾਲ ਤੋਂ ਕੀ ਲੈਣਾ, ਟੁੱਟਿਆ ਚੱਲ ਦੂਜੇ 'ਤੇ ਚੱਲਿਆ। ਉਹ ਤਾਇਆ, ਬੜਾ ਤੱਤਾ ਹੋਇਆ, ਲੱਗਦਾ ਤਾਈ ਨਾਲ ਲੜ ਕੇ ਆਇਆ। ਨਹੀਂ, ਲੜ ਕੇ ਆਇਆ, ਤੂੰ ਅੰਬ ਲੈਣੇ ਆ, ਤੁਰਿਆ ਚੱਲ। ਉਹ ਲੱਗਦਾ ਤਾਈ ਨੇ ਜ਼ਿਆਦਾ ਕਲਾਸ ਲਾਤੀ ਤਾਇਆ ਤੇਰੀ, ਪਾਣੀ ਨਾਲ ਵੀ ਪਤਲੀ ਹਾਲਤ ਹੋਈ ਪਈ ਹੈ ਤੇਰੀ। ਉਹ ਪਾਣੀ ਨਾਲ ਉਹ ਪਤਲੀ ਤਾਂ ਹੋਣੀ ਆ, ਲੜਾਈ ਪਾਣੀ ਕਰਕੇ ਹੋਈ ਆ। ਉਹ ਪਾਣੀ ਤੋਂ ਲੜਾਈ? ਉਹ ਪਾਣੀ ਤਾਂ ਤਾਇਆ ਤਪਦੇ ਹਿਰਦੇ ਠਾਰਦਾ, ਤੁਸੀਂ ਪਾਣੀ ਤੋਂ ਕਲੇਸ਼ ਪਾ ਕੇ ਬਹਿ ਗਏ। ਕਲੇਸ਼ ਤਾਂ ਪੈਣਾ ਹੀ ਸੀਗਾ। ਹਾਂ, ਮੈਂ ਤਾਈ ਤੈਨੂੰ ਕਿਹਾ ਵੀ ਰਾਤੀ ਲਾਈਟ ਨਹੀਂ ਆਈ, ਟੈਂਕੀ ਖਾਲੀ ਆ ਜੀ। ਸਵੇਰੇ ਲਾਈਟ ਆਈ ਆ, ਤੂੰ ਟੈਂਕੀ ਭਰ ਲਈ? ਅੱਛਾ, ਮੋਟੇ 'ਚ ਆਈ। ਮੈਂ ਕਿਹਾ ਤੂੰ ਟੈਂਕੀ ਭਰ ਲਾ, ਮੈਂ ਪਾਠ ਕਰ ਲਵਾਂ। ਜੀ ਜੀ, ਮੈਂ ਪਾਠ ਕਰ ਚੱਲ ਗਿਆ, ਜਦ ਮੋੜ ਕੇ ਦੇਖਿਆ ਟੈਂਕੀ ਓਵਰਫਲੋ ਹੋਣ ਦੇ 'ਚ, ਪਾਣੀ ਭਰ ਫਲ ਵਗੜਿਆ ਸੀਗਾ। ਮੈਂ ਤਾਈ ਤੈਨੂੰ ਗੁੱਸੇ ਵਿੱਚ ਕਿਹਾ ਬਈ ਟੈਂਕੀ ਤੇਰੇ ਪਿਓਲੇ ਬੰਦ ਕਰਨੀ ਸੀ, ਇੰਨੀ ਚੀਜ਼ ਤੱਤੀ ਹੋ ਗਈ। ਉਹ ਤਾਇਆ, ਗੁੱਸਾ ਤਾਂ ਆ ਹੀ ਜਾਂਦਾ ਜਦੋਂ ਕੋਈ ਕੁਦਰਤੀ ਸਰੋਤਾਂ ਨੂੰ ਬੇਅਰਥ ਗਵਾਉਂਦਾ ਹੈ ਨਾ, ਗੁੱਸਾ ਆ ਜਾਂਦਾ। ਗਲਤੀ ਤਾਇਆ ਤੇਰੀ ਨਹੀਂ, ਗਲਤੀ ਤਾਈ ਦੀ ਆ। ਉਹ ਕਮਲੀ ਕਿੱਥੇ ਮੰਨਦੀ ਇਹ ਗੱਲਾਂ ਨੂੰ? ਉਹ ਕਹਿੰਦੀ ਧਰਤੀ ਦਾ ਹਿਗਰ ਠੰਡਾ ਹੋ ਜਾਊਗਾ। ਮੈਂ ਕਿਹਾ ਕਮਲੀ, ਇਹ ਧਰਤੀ 'ਚ ਪਾਣੀ ਹੋਊਗਾ ਤਦੇ ਉਹਦਾ ਹਿਰਦਾ ਠੰਡਾ ਹੋਊਗਾ, ਨਾ ਕਿ ਬੇਅਰਥ ਕਰਕੇ। ਉਹ ਤਾਇਆ, ਤੁਸੀਂ ਇੱਥੇ ਖੜ੍ਹੇ ਆ, ਤਾਈ ਸਵੇਰ ਦੀ ਰੋ ਰੋ ਕਮਲੀ ਹੋਈ ਆ, ਚਲੋ ਜਲਦੀ ਘਰੇ ਚੱਲੀਏ। ਮੈਂ ਨਹੀਂ ਜਾਂਦਾ, ਜਿੰਨਾ ਚਿਰ ਤਾਈ ਆਪਣੀ ਗਲਤੀ ਨਹੀਂ ਮੰਨਦੀ ਮੈਂ ਨਹੀਂ ਜਾਂਦਾ। ਉਹ ਤਾਇਆ ਜੀ, ਤਾਈ ਨੂੰ ਗਲਤੀ ਦਾ ਅਹਿਸਾਸ ਹੋ ਗਿਆ, ਤੁਹਾਨੂੰ ਪਤਾ ਮੈਂ ਬਿਜਲੀ ਦਾ ਕੰਮ ਵੀ ਕਰਦਾ ਹਾਂ, ਉਹਨਾਂ ਨੇ ਮੇਰੇ ਕੋਲੋਂ ਟੈਂਕੀ 'ਤੇ ਅਲਾਰਮ ਬੈਲ ਲਵਾ ਲਈ ਆ, ਜਦੋਂ ਟੈਂਕੀ ਭਰਿਆ ਕਰਨੀ ਆ ਬੈਲ ਵੱਜਿਆ ਕਰਨੀ, ਮੋਟਰ ਤੁਸੀਂ ਬੰਦ ਕਰ ਦੇਣੀ, ਪਾਣੀ ਡੁੱਲਣੋਂ ਹਟ ਜਾਣਾ, ਨਾਲੇ ਮੌਜਾਂ ਲੱਗ ਜਾਣੀਆਂ। ਉਹ ਲੈ ਵੀ ਤਾਇਆ, ਆਹ ਤਾਂ ਬਹੁਤ ਵਧੀਆ ਗੱਲ ਹੋਈ ਆ, ਪਾਣੀ ਵਾਲੀ ਟੈਂਕੀ 'ਤੇ ਵਾਟਰ ਬੈਲ ਲੱਗ ਗਈ ਆ, ਹੁਣ ਨਹੀਂ ਪਾਣੀ ਕਰਕੇ ਤੇਰੀ ਲੜਾਈ ਹੁੰਦੀ ਤਾਈ ਦੇ ਨਾਲ, ਉਹ ਗੁੱਸਾ ਥੁੱਕ ਅਤੇ ਚੱਲ ਘਰ ਨੂੰ। ਲੈ ਬਿਲ ਨਿਕਿਆ, ਆਹ ਵਾਟਰ ਬੈਲ ਅਲਾਰਮ ਲੱਗ ਕੇ ਬਹੁਤ ਵਧੀਆ ਕੀਤਾ, ਇਹਦੇ ਘਰ ਘਰ ਲੱਗਣੀ ਚਾਹੀਦੀ ਆ, ਤਾਂ ਜੋ ਪਾਣੀ ਨੂੰ ਬਚਾਇਆ ਜਾ ਸਕੇ। ਪਾਣੀ ਦੀ ਟੈਂਕੀ ਭਰ
सारे मिलके एक सर बोलो पानी नू बेकार ना डोलो। हाँ जी सरपंच साहब, मैं बस आ रहा, हेड ऑफिस गया जी, काम हो गया, आउंदा जी। ओ सत श्री अकाल ताया, अज हेड ऑफिस किवें आया? मैं तो किसी ना किसी काम आउंदा ही रहना, तू दस के भी आया। ओ मैनू तो हेड ऑफिस वाले ने बुलाया ताया। वो कदों बुलाया? वो कहंदे कि तेरे बिलों की वसूली घट है। वो क्यों घट गई? वो की दसा ताया, वो मैं तो पिंड के गेड़े मारदा मारदा थक जाना, लोग बिल के पैसे नहीं देंदे, उपरों बहाना मार देंदे ने। उंज तां भरपाई वाले दिन पिंड दे लोकी पिंड दे जल घर चक्कर नहीं मारदे, और जे असी उन्हां दे घर गेड़ा मारदे आ तां उह कहिंदे ने कि साडे घर अज पैसे है नहीं, कढ़ा के देंगे। पर मित्रा, मेरे इलाके च तां पाणी दे बिलां दी भरपाई 100% है। 100% भरपाई? ओ बई तेरे कोल इदां दी किहड़ी गिद्दड़ सिंगी है? ओ गिद्दड़ सिंगी नहीं, मेरे कोल आ मशीन है। अच्छा हाँ मशीन, ये बड़े बड़े मॉलों च बड़िया बड़िया दुकानों च कैश लैन का काम करते हैं, ये मशीन पेट्रोल पंपा दे भी बातते हैं, कैश लेंदे उहदे नाल, इह उह मशीन आ? हाँ ताया, उही मशीन आ। ये बहुत वधिया गल है, इहनूं पॉस मशीन कहिंदे आ। अपने महकमे वल्लों सारे ही मोहाली इलाके दे रेवन्यू कलैक्टर नूं जारी की गई है। पर इहदे नाल बिलों की भरपाई किदां की जाती है यार? पहला तो साडे विभाग वल्लों एक SMS दे राही खपतकारों नूं सूचित किया जाता है साढ़े आने बारे ते बिल की रकम बारे, तो उस तो बाद जो असं उन्होंने घर जाने फिर कैश या डेबिट कार्ड के राही अपनी पेमेंट करते हैं, तो पेमेंट लैण तो बाद इस मशीन राही उन्होंने रसीद दे दी जाती है, तो विभाग वालों SMS आ जाता है। जेकर खपतकार चाहे तो अपने रजिस्टर्ड मोबाइल से विभाग वालों आए SMS दिते लिंक से क्लिक करके ऑनलाइन पेमेंट भी कर सकता है। ये तो फिर मशीन नहीं, मैं किमना खजाना खजाना। हाँ ताया, इस मशीन राही अदायगी बहुत आसान हो गई है। यार सानू पता नहीं है मशीन कदों दी जाएगी यार। पॉस मशीन राही बिलों का भुगतान 100% होने करके विभाग वालों यह स्कीम पूरे पंजाब बहुत छेती लागू हो जा रही है। पानी दे बिलों का भुगतान होया होर भी आसान। शर्मा जी, अज तो ताया ताई भी पानी की बचा लई लड़ के रुस के चला गया घरों। पला हो अर्श जी, वो इलैक्ट्रीशियन का, वो बिजली वाले का, जिन्हें टंकी च घंटी ला के ना वो पानी के बचाव का मसला हल कराता। बिल्कुल शर्मा जी, शर्मा जी साढ़े सारे का फर्ज बनता है कि असी अपनी पानी की बर्बादी को रोकीए। तो यानी दर्शको, हर्ष जी ने जो गल कही आता मतलब मैं तो यही कढ़दा कि जो घर की शांति रखनी आ, मियाँ बीबी आपस भांडे खड़कन ना, तो असी घंटी टंकी जरूर लवाईए, तो असी जिहड़ा घर दे विच शांति रखने वास्ते पानी जरूर बचाईए। तो हर्ष जी हुण अगला की प्रोग्राम है? साढ़े बच्चे भी पिछे नहीं है, वो बच्चे साढ़े लिए लेके आए ने एक नवी वनगी। वीरे। हाँ दीदी। वीरे तेनू पता है आपां अपने घर च पानी की बचत किवें कर सकते हैं? हाँ, कल ही तो साड़ी टीचर ने सानू उस सारे तरीके दसी सी जिदे नाल असी पानी की खपत नू कट कर सकने। हाँ वीरे, तेनू तेरी टीचर ने जो तरकीब दसिया ने तू सारिया मैनू दस दे। हाँ क्यों नहीं। पहला तरीका, पानी की बचत लई अपने साथियों नू प्रेरित करो। हाँ तू पहला मैनू प्रेरित कर, बाद चो मैं अपनी सहेलियां नू प्रेरित करांगी। ठीक है। दूजा तरीका, ब्रश करदे होए कुल्ली करदे वेले ही टूटी नू खोलो। बिल्कुल ठीक, मैं पहला ही इदा करदी हां। तीजा तरीका, नान वेले बाल्टी ते मग्गे दा इस्तेमाल करो, ना कि सीधा टूटी जां फुआरे थल्ले नहाओ। नहांदे होए बाल्टी ते मग दा इस्तेमाल करन नाल आपां ज़्यादा पानी दी मात्रा दी बचत कर सकदे हां। बिल्कुल ठीक। चौथा तरीका, लीक करदियां टूटियां जां पाइपां नू फौरन ठीक कराओ। अच्छा होर की, आपां अपने घर दियां टूटियां ते पाइपां नू लीक होण तों रोकण लई उहनां नू तुरंत ही रिपेयर करांदे हां। पंजवां तरीका, पीण दा पानी भरन लई वड्डे बर्तन दा इस्तेमाल करो। अच्छा। बच्चियां नू अड अड पानी दी बोतलां दो। होर की, हर बच्चा अपनी बोतल चो ही पानी पीवेगा। छेवां तरीका, अपने गिलास जां कप नू नको नक ना भरो। होर की, अपा नको नक अगर गिलास नू भरांगे तां पानी फालतू भी तां डुलेगा। सतवां तरीका,
अद्धा ग्लास पानी दा परो ते पियो। वाह, एदा तां आपां काफी पानी दी बचत कर सकदे आ। अठवां तरीका, सब्जियां ते फलां नूं सीधे टुटी थल्ले ना धोवो, किसी बर्तन च धोवो। बिल्कुल ठीक, जिस बर्तन विच आपां सब्जी अते फलां नूं धोवांगे उहदा पानी भी बचेगा। उस पानी नूं आपां गमलियां या बूटियां विच पा के बचा सकदे हां। इस तरह एक तीर दो निशाने। बिल्कुल ठीक। नौवां तरीका, मीं दे पानी नूं बाल्टी च इकट्ठा करो और उस पानी नूं गमलियां च पा दो। होर की, अपने पिंडा च तालाब दा छप्पड़ इसलिए तां बनाए जांदे सी तां जो तालाब जां छप्पड़ दा पानी पशुआं नूं नहाउण ते कपड़े धोण दे काम आ सके। बिल्कुल सही। दसवां तरीका, उन खड़ोनिया नाल ना खेडो जिदे अंदर पानी दा इस्तेमाल होवे। पानी दी एक एक बूंद बहुत कीमती है। बूंद बूंद नाल पर दी गागर, गागर नाल पर दा सागर। बिल्कुल सही। जे आज फिजूल बहावांगे जल, बूंद बूंद नू तरसांगे कल। जल सप्लाई ते सैनिटेशन विभाग पंजाब ने अपने खपतकारां दे बिलां दे भुगतान नूं होर सौखिया भरन लई एक निवेकला उपराला कीता है। इस उपराले अधीन विभाग वल्लों खपतकार दे रजिस्टर्ड फोन ते SMS राहीं बिल भेजा जांदा है ते खपतकार अपनी सहूलत मुताबक ऑनलाइन बिल दा भुगतान करदे ने। इस तों इलावा विभाग दा नुमाइंदा POS मशीन लै के खपतकार दे घर पहुँचदा है, खपतकार दी ID प्राप्त करके बिल जनरेट करके उस दिंदा है। इस तों बाद मौके ते ही खपतकार अपनी सहूलत मुताबक नकदी जां ATM कार्ड राहीं बिल दा भुगतान करता है ते विभाग वालों जारी रसीद प्राप्त करता है। इस उद्यम दा पिंडां विच रहिंदे हर वर्ग दे लोग, खास तौर ते बजुर्ग ते औरतां भरपूर शलाघा कर रहे ने। विभाग दे इस उद्यम दा ना सिर्फ खपतकार नूं वड्डा फायदा हो रहा बल्कि विभाग वल्लों चलाईआं जा रहीआं जल सप्लाई स्कीमां नूं होर सुचारू ढंग नाल चलाउण लई फंड भी मुहैया करने सौखे हो रहे हैं। मोहाली जिले के पिंडां विच इह स्कीम January 2021 तों सफलतापूर्वक चल रही है ते आने वाले समय विच पंजाब के सारे पिंडां विच इह स्कीम लागू की जाएगी, जिस नाल सूबे के हर घर नूं शुद्ध ते साफ पानी पहुँचाउण दे मिशन विच तेजी आएगी। शर्मा जी, बच्चों ने सानू अज बहुत सोहना और डूंगा सुनेहा दिता। हमेशा ही हर्ष जी, बच्चे साडे ना गल भी कहिंदे आ ते नाल संदेश भी बहुत डूंगा छड्दे आ। ते हर्ष जी, अज जिहड़ियां जानकारियां सानू बजाज साहब दे गए वह भी मैनूं लगदा कि साडे विभाग के कर्मचारियों वास्ते नहीं, साडे GPWSC के मैंबरां वास्ते, साडे लाभपात्रियों वास्ते, खपतकारां वास्ते भी बहुत वडमुल्लियां साबित होणगियां। ते हुण जिहड़ा टाइम आ घड़ी दा वह इजाजत दे रहा, इस करके आपां धन्नवाद करिए स्रोतियां दा तुहाडा साडे प्रोग्राम देखण लई बहुत बहुत धन्यवाद। साडे कल्लियां दे बदलन नाल बदला नहीं आउणा, जे सारे बदलोगे जनाब तां ही बदलूगा पंजाब। घर घर नल, घर घर जल, जल जीवन दा मिशन बना के लभिया इसदा हल। जल विभाग दे उद्यम सदका मार लैनी है मल। Thank you.